ਬਾਈ ਜੀ ਨਾਂ ਤੁਹਾਡਾ? ਗੁਰਤੇਜ ਸਿੰਘ। ਉਹਦੇ ਕੀ ਹਾਲਾਤ ਨੇ ਪਿੰਡ? ਪਿੰਡ ਦੇ ਹਾਲਾਤ ਬਹੁਤ ਖਰਾਬ ਨੇ ਜੀ। ਜਦੋਂ ਵੀ ਬਾਰਿਸ਼ ਹੁੰਦੀ ਹੈ ਜੀ, ਪਹਿਲਾਂ ਸੀਵਰੇਜ ਦਾ ਪਾਣੀ ਕਾਮਯਾਬ ਨੀ, ਜਿਹੜਾ ਸੀਵਰੇਜ ਪਾਇਆ ਜੀ, ਬਹੁਤ ਸਮੱਸਿਆ। ਉਹਨਾਂ ਦਾ ਪਾਣੀ ਟੂਟੀਆਂ ਚ ਮਿਕਸ ਹੋ ਕੇ ਆ ਰਿਹਾ। ਬਾਕੀ ਜਦੋਂ ਕੋਈ ਮਾੜਾ ਵੱਧ ਮੀਂਹ ਪੈ ਜੇ ਉਦੋਂ ਘਰਾਂ ਚ ਵੀ ਵੜ ਜਾਂਦਾ, ਨਹੀਂ ਆਮ ਇੱਥੇ ਖੜਾ ਰਹਿੰਦਾ ਜੀ। ਇਹਦੇ ਕੋਈ ਇਹਦੀ ਸੁਣਵਾਈ ਨੀ, ਕੋਈ ਪੁੱਛ ਪੜਤਾਲ ਨੀ ਜੀ, ਤੇ ਇਹਦੇ ਬਾਰੇ ਮਤਲਬ ਕਿ ਕੋਈ ਧਿਆਨ ਨੀ ਦੇ ਰਿਹਾ। ਇਧਰ ਕਿਹੜਾ ਮੁਹੱਲਾ, ਕਿੱਥੇ ਖੜੇ ਆਪਾਂ? ਇਹ ਵਾਰਡ ਨੰਬਰ 3 ਤੇ 4 ਹੈ ਜੀ। ਹਾਂ ਜੀ, ਕਿੰਨੇ ਟਾਈਮ ਦੇ ਹਾਲਾਤ ਇਹਨੇ? ਇਹ ਮਤਲਬ ਕਿ ਵੀ ਹੈਗੇ 5-10 ਸਾਲ ਦੇ ਐਂ ਚੱਲਦਾ ਹੁੰਦਾ ਜੀ, ਤੇ ਆ ਹੁਣ ਤਾਂ 2-4 ਸਾਲ ਦਾ ਜਮਾ ਹੀ ਵੱਧ ਹੈ ਜੀ, ਜਿਵੇਂ ਉਹ ਹੋਈ ਜਾਂਦਾ ਜੀ। ਹਾਂ, ਉਹਦਾ ਕਾਰਨ ਮਤਲਬ ਕਿ ਲੋਕਾਂ ਨੂੰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਕੋਲੇ ਡਿਸਪੈਂਸਰੀ ਹੈ ਮੁਹੱਲਾ ਕਲੀਨਿਕ ਆ, ਤੇ ਆਰ ਓ ਵੀ ਆ ਕੋਲੇ, ਪਾਣੀ ਜਿਹੜਾ ਉਹ ਆਰ ਓ ਵਾਲਾ ਵੀ ਉਹਦੇ ਚ ਮਿਕਸ ਹੁੰਦਾ ਜੀ, ਸੀਵਰੇਜ ਦਾ ਟੂਟੀਆਂ ਚ ਵੀ ਹੁੰਦਾ ਜੀ। ਜੇ ਕੋਈ ਬਿਮਾਰੀ ਵਾਲਾ ਕੋਈ ਦਵਾਈ ਲੈਣ ਜਾਂਦਾ, ਕੋਈ ਮਾਈ ਭਾਈ ਪਿੰਡ ਦੀਆਂ ਭੈਣ ਕੁੜੀਆਂ ਕਤਰੀਆਂ, ਕੋਈ ਵੀ ਉੱਥੇ ਮੁਸ਼ਕਿਲ ਆ ਉਹਨਾਂ ਨੂੰ ਲੰਘਣ ਦਾ ਪਾਣ। ਬਾਈ ਨਾ ਤੁਹਾਡਾ? ਮੇਰਾ ਨਾਂ ਰਾਜਵਿੰਦਰ ਸਿੰਘ ਹੈ ਜੀ। ਰਾਜਵਿੰਦਰ, ਕੀ ਹਾਲਾਤ ਨੇ ਤੁਹਾਡੇ ਏਰੀਆ? ਹਾਲਾਤ ਤਾਂ ਜੀ ਤੁਹਾਨੂੰ ਦੇਖ ਹੀ ਰਹੇ ਹੈਗੇ, ਬਹੁਤ ਬੁਰੇ ਹਾਲਾਤ ਨੇ ਜੀ, ਤੇ ਬਹੁਤ ਮਾਲਾ, ਮੈਨੂੰ ਤਾਂ ਲੱਗਦਾ ਨੀਗਾ ਵੀ ਬਹੁਤ ਮਾੜੀ ਜ਼ਿੰਦਗੀ ਅਸੀਂ ਬਤੀਤ ਕਰ ਰਹੇ ਹਾਂ। ਹਰ ਵਕਤ ਬੱਚਿਆਂ ਨੂੰ ਸਕੂਲ ਛੱਡਣਾ ਪੈਂਦਾ ਹੈਗਾ, ਬਜ਼ੁਰਗ ਦਵਾਈ ਬੂਟੀ ਲੈਣ ਜਾਂਦੇ ਨੇ, ਇੱਥੇ ਮੁਹੱਲਾ ਕਲੀਨਿਕ ਹੈਗਾ, ਇੱਥੇ ਦਵਾਈ ਲੈਣ ਆਉਂਦੇ ਨੇ, ਉੱਥੇ ਆਰ ਓ ਹੈਗਾ ਉਹ ਦੇਖੋ ਆਰ ਓ ਕਿਹੜੇ ਤਰ੍ਹਾਂ ਡਿੱਬਿਆ ਪਿਆ, ਬਜ਼ੁਰਗ ਪਾਣੀ ਲੈਣ ਆਉਂਦੇ ਨੇਗੇ, ਤੇ ਬਹੁਤ ਮਾੜੇ ਹਾਲਾਤ ਨੇ, ਵੱਧ ਤੋਂ ਬਦਤਰ ਜ਼ਿੰਦਗੀ ਜੀ ਰਹੇ ਹਾਂ ਅਸੀਂ। ਕੀ ਕਹਿ ਰਿਹਾ ਸਿਸਟਮ, ਪ੍ਰਸ਼ਾਸਨ ਕੀ ਕਹਿੰਦਾ? ਪ੍ਰਸ਼ਾਸਨ ਦੇ ਤਾਂ ਧਿਆਨ 'ਚ ਹੀ ਹੈਗਾ ਜੀ, ਪ੍ਰਸ਼ਾਸਨ ਨੂੰ ਪਤਾ ਹੀ ਹੈ ਇਸ ਟਾਈਮ, ਸਾਰਾ ਪ੍ਰਸ਼ਾਸਨ ਨੂੰ ਪਤਾ ਹੈਗਾ। ਗੌਰਮੈਂਟ ਨੇ ਇੱਥੇ ਗ੍ਰਾਂਟ ਵੀ ਕਹਿੰਦੇ ਸੀ 11-25 ਕਰੋੜ ਬਠਿੰਡੇ ਜ਼ਿਲ੍ਹੇ ਨੂੰ ਦਿੱਤਾ ਹੈਗਾ ਸੀਵਰੇਜ ਵਾਸਤੇ, 2500 ਕਰੋੜ ਰੁਪਇਆ ਕਹਿੰਦੇ ਮੌੜ ਆਪਣੇ ਨਗਰ ਕੌਂਸਲ ਨੂੰ ਆਇਆ, ਮੈਨੂੰ ਤਾਂ ਲੱਗ ਨਹੀਂ ਰਿਹਾ ਵੀ ਇੱਥੇ ਲੱਗ ਗਿਆ ਮੌੜ 'ਚ। ਠੀਕ।